10 ਕਿਲੋ ਦੁੱਧ ਦੀ ਗਰੰਟੀ ਹੋਏ ਦੀ ਸਾਢੇ ਕੁ 3 ਮਹੀਨੇ ਹੋਏ ਨੇ ਸੋਇਆ ਜਿੱਤੇ ਥਾਣੇ ਲੱਗੇ ਨੇ ਮੁੱਲ ਉਹਨਾਂ ਦੇ ਕੋਈ ਨਹੀਂ ਮਾਸ਼ਾਅੱਲਾ ਜੀ ਮਾਸ਼ਾਅੱਲਾ ਗੋਲ ਦੇਖੋ ਮਰਲੇ ਦੀ ਵੇਥਵੇ ਤੇ ਥਾਣੇ ਲੱਗਾ ਹੈ ਲਿਬਾਸ ਵੇਖ ਐਂਜੀ ਲੱਗਦੇ ਜਿਵੇਂ ਕੁਝ 13-14 ਕਿਲੋ ਦੁੱਧ ਹੋਏ ਹਾਂਜੀ ਲਿਬਾਸ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਪਹਿਲਾ ਸੂਆ ਸੂਈ ਹੈ ਰਾਜ ਗੁਮਨ ਸਾਹਿਬ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਜੀ ਭਾਈ ਤੇ ਕੀ ਹਾਲ ਠੀਕ ਠਾਕ ਹੋ ਅੱਲਾ ਪਾਕ ਦਾ ਸ਼ੁਕਰ ਹੈ ਭਾਈ ਫਰਾਜ਼ ਤੁਸੀਂ ਸੁਣਾਓ ਠੀਕ ਹੋ ਅੱਲਾ ਦਾ ਸ਼ੁਕਰ ਠੀਕ ਠਾਕ ਦੋ ਸਿਆਣਿਆਂ ਨੇ ਦੇਰ ਆਏ ਤੇ ਦਰੁਸਤ ਆਏ ਸ਼ੋ ਕਦੇ ਕਦੇ ਕਰਵਾਉਂਦੇ ਹੋ ਲੇਕਿਨ ਮਾਸ਼ਾਅੱਲਾ ਸੋਹਣਾ ਸ਼ੋ ਕਰਵਾਉਂਦੇ ਹੋ ਵੇ ਹਾਂਜੀ ਮਾਸ਼ਾਅੱਲਾ ਮਾਲ ਲਿਆਈਦਾ ਹਜੇ ਬਸ ਇਸ ਤਰ੍ਹਾਂ ਹੀ ਸੇਲ ਹੋ ਜਾਂਦਾ ਹੈ ਦੋ ਤਰ੍ਹਾਂ ਡੰਗਰ ਬਚਦੇ ਰਹਿੰਦੇ ਵੇ ਤਾਂ ਕਰਕੇ ਵੀਡੀਓ ਨਹੀਂ ਕੋਈ ਵੀ ਪੈਂਦੀ ਅੱਜ ਦੀ ਇਸ ਵੀਡੀਓ ਚ ਦੋਸਤਾਂ ਵਾਸਤੇ 4 ਝੋਟੀਆਂ ਤੇ ਇੱਕ ਗਾਂ ਜਿਹਨਾਂ ਵਿੱਚ ਗਾਂ ਵੀ ਖਾਂਗੇ ਤੇ ਇੱਕ ਝੋਟੀ ਵੀ ਖਾਂਗੇ ਮਾਸ਼ਾਅੱਲਾ ਜੀ ਤੇ ਜਿਹੜਾ ਖਾਂਗਰ ਗਾਂ ਵੇ ਤੇ ਉਹਦਾ ਰੇਟ ਹੁਣ ਰਹਿੰਦੇ ਜਿਹੜੀ ਉਹਦੀ ਨਸਲ ਹੁਣੀ ਅੱਜ ਦੋਸਤਾਂ ਉਹਦੇ ਬਾਰੇ ਚ ਕਮੈਂਟ ਕਰਕੇ ਦੱਸਣਾ ਕਿ ਭਾਈ ਫਰਾਜ਼ ਕਿਸ ਤਰ੍ਹਾਂ ਦਾ ਜਾਨਵਰ ਲੈ ਕੇ ਆਏ ਨੇ ਭਾਈ ਫਰਾਜ਼ ਸ਼ੋ ਤੁਸੀਂ ਸੋਹਣਾ ਕਰਵਾਉਂਦੇ ਹੋ ਵੇ ਜਾਨਵਰ ਤੁਹਾਡੇ ਸਾਰੀ ਵੀਡੀਓ ਚ ਚੰਗੇ ਪਾਉਂਦੇ ਹੋ ਹਾਂਜੀ ਕਾਰੀਗਰ ਹੋ ਮਾਸ਼ਾਅੱਲਾ ਪੁਰਾਣੇ ਵਪਾਰੀ ਹੋ ਕੰਮ ਕਰਦੇ ਹੋ ਵੇ ਦੋਸਤਾਂ ਨੂੰ ਆਪਣਾ ਤੇ ਆਪਣੇ ਡੇਰੇ ਦਾ ਤਾਰਫ ਕਰਵਾ ਦਿਓ ਭਾਈ ਤੇ ਸਾਹਿਬ ਤਹਿਸੀਲ ਦਸਕਾ ਜ਼ਿਲ੍ਹਾ ਸਿਆਲਕੋਟ ਪਿੰਡ ਸਾਡਾ ਦੌਕੇ ਗੁਰਦ ਠੀਕ ਹੈ ਮੋਤਰੇ ਬੜਿਆਣੇ ਰੋਡ ਦੇ ਉੱਤੇ ਭਵੰਗੀ ਸਟਾਪ ਆਏਗਾ ਪੀਰ ਚੱਕ ਦੇ ਨਾਲ ਉਦੋਂ ਥੱਲੇ ਜਾ ਕੇ ਖੱਬੇ ਹੱਥ ਮੁੜ ਜਾਣਾ ਅੱਧਾ ਕਿਲੋਮੀਟਰ ਅੱਗੇ ਆ ਕੇ ਰੋਡ ਦੇ ਨਾਲ ਸਾਡਾ ਡੇਰਾ ਠੀਕ ਹੈ ਜੀ ਮੇਨ ਅੱਡਾ ਤੁਹਾਨੂੰ ਭਵੰਗੀ ਲੱਗਦਾ ਹੈ ਭਵੰਗੀ ਲੱਗਦਾ ਜੀ ਪੀਰੋ ਚੱਕ ਦੇ ਨਾਲ ਠੀਕ ਹੈ ਜੀ ਤੇ ਭਾਈ ਵੀ ਫਰਾਜ਼ ਕੋਸ਼ਿਸ਼ ਕਰਨੀ ਹੈ ਕਿ ਜਨਵਰ ਤੁਹਾਡੇ ਸੋਹਣੇ ਨੇ ਜਿਵੇਂ ਨਾ ਖਾਂਗੇ ਤਾਂ ਰੇਟ ਲਾ ਲਿਓ ਨਾ ਬਾਕੀਆਂ ਦਾ ਇਨਸ਼ਾਅੱਲਾ ਇੰਜੀ ਰੇਟ ਲਾ ਇਨਸ਼ਾਅੱਲਾ ਅੱਜ ਤੁਸੀਂ ਰੇਟ ਵੇਖੋਗੇ ਨਾ ਤੇ ਹੈਰਾਨ ਪਰੇਸ਼ਾਨ ਹੋ ਜਾਓਗੇ ਤੁਸੀਂ ਕਰਵਾਈਏ ਜੀ ਸ਼ੋਕ ਹਾਂਜੀ ਇਨਸ਼ਾਅੱਲਾ ਕਰੋ ਲੋ ਜੀ ਦੋਸਤੋ ਨੰਬਰ 1 ਤੇ ਹੀ ਰਾ ਗਿਆ ਅੱਜ ਦੀ ਵੀਡੀਓ ਦਾ ਬ੍ਰਾਂਡ ਜਾਨਵਰ ਖਾਂਗਰ ਵੈਰ ਮਾਸ਼ਾਅੱਲਾ ਜੀ ਤੇ ਨਸਲੀ ਖਾਂਗਰ ਹੈ ਇੰਜ ਤੇ ਜਾਨਵਰ ਕਿਸੇ ਵੀਡੀਓ ਸ਼ਾਮ ਨੂੰ ਦਿਨ ਭਾਈ ਇਹਦਾ ਛਾਵੇਂ ਛਾਵੇਂ ਚੱਕਰ ਲਵਾਣਾ ਜੀ ਭਾਈ ਫਰਾਜ਼ ਖਾਂਗਰ ਹੈ ਹਾਂਜੀ ਭਾਈ ਸੁਬਾ ਕਿਨ ਮਸੂਈ ਹੈ ਦੂਸਰਾ ਸੁਬਾ ਸੂਈ ਹੈ ਤਕਰੀਬਨ 3-3.5 ਮਹੀਨੇ ਹੋ ਗਏ ਸੂਈ ਨੂੰ ਭਾਈ ਆਸਾ ਆਸਾ ਚੱਕਰ ਲਵਾਣਾ 3-3.5 ਮਹੀਨੇ ਹੋ ਗਏ ਨੇ ਸੂਆ ਸੁਬਾ ਦੂਸਰਾ ਸੂਈ ਹੈ ਮਾਸ਼ਾਅੱਲਾ ਜੀ ਤੇ ਬੱਚੀ ਮਰ ਗਈ ਹੈ ਜੀ ਠੀਕ ਹੈ ਤਾਂ ਪਹਾੜੇ ਦੇ ਦੋਵੇਂ ਟਾਂ ਚੋਣੀ ਜਿੱਥੇ ਦਿਲ ਕੇ ਥੱਲੇ ਬਾਈ ਜਾਓ ਭਾਈ ਛਾਵੇਂ ਕਰਕੇ ਲੰਮੀ ਕਰਕੇ ਖਿਲਾਰੋ ਲੋ ਜੀ ਦੋਸਤੋ ਮੁਕੰਮਲ ਨਜ਼ਾਰਾ ਕਰਨਾ ਵੈਰ ਖੂਬਸੂਰਤ ਹੈ ਮਾਸ਼ਾਅੱਲਾ ਜੀ ਪ੍ਰਿੰਟ ਦੀ ਸ਼ਾਈਨਿੰਗ ਬੜੀ ਹੈ ਭਾਈ ਫਰਾਜ਼ ਦੀ ਨਸਲ ਕੀ ਹੈ ਜੀ ਭਾਈ ਤੈਯਬ ਸਾਹਿਬ ਉਹਨੂੰ ਅੱਗੇ ਕਰ ਖਿਲਾਰੋ ਜਰਸੀ ਫਰੀਜ਼ੀਅਨ ਦਾ ਚੋਲਸਤਾਨੀ ਦਾ ਕਰਾਸ ਜਰਸੀ ਫਰੀਜ਼ੀਅਨ ਦੇ ਮਾਮੂਲੀ ਜਾਂ ਚੋਲਸਤਾਨੀ ਦਾ ਕਰਾਸ ਨਸਲੀ ਵੈਰ ਮਾਸ਼ਾਅੱਲਾ ਜੀ ਚਿਹਰੇ ਨੂੰ ਕੋਈ ਹੋਲ ਬਾਰਕ ਹੋ ਨਹੀਂ ਕੋਈ ਵੀ ਨਾ ਛੋਟਾ ਜਿਹਾ ਚਿਹਰਾ ਮੋਟੀਆਂ ਅੱਖਾਂ ਨੇ ਚਿਹਰੇ 'ਚ ਬੈਂਡ ਵੀ ਹੈ ਛੋਟੇ ਛੋਟੇ ਕੰਨ ਨੇ ਜੱਤ ਵਾਲੇ ਮਾਸ਼ਾਅੱਲਾ ਜੀ ਬੋਧੀ ਵੀ ਦੋਸਤਾਂ ਵੇਖ ਲੈਣੀ ਹੈਵੀ ਮੋਨੀ ਹੈ ਤੇ ਨਸਲੀ ਵੈਰ ਪ੍ਰਿੰਟ ਦੀ ਸ਼ਾਈਨਿੰਗ ਬੜੀ ਹੈ ਸਿਹਤ ਚੰਗੀ ਹੈ ਮਾਸ਼ਾਅੱਲਾ ਜੀ ਭਾਈ ਫਰਾਜ਼ ਹੁਣ ਦੁੱਧ ਆਪਣਾ ਕਿੰਨਾ ਟੋਟਲ ਹੈ ਦਾ ਬਾਈ ਤੇ ਜਸਾ ਦੁੱਧ ਐਸੇ ਤਕਰੀਬਨ 11 ਤੋਂ 12 ਕਿਲੋ ਬਾਕੀ 10 ਕਿਲੋ ਦੁੱਧ ਦੀ ਗਰੰਟੀ ਹੋਏਗੀ ਜੀ 10 ਕਿਲੋ ਦੁੱਧ ਦੀ ਗਰੰਟੀ ਹੋਏ ਦੀ ਸਾਢੇ ਕੁ 3 ਮਹੀਨੇ ਹੋਏ ਨੇ ਸੋਇਆ ਜਿੱਤੇ ਥਾਣੇ ਲੱਗੇ ਨੇ ਮੁੱਲ ਉਹਨਾਂ ਦੇ ਕੋਈ ਨਹੀਂ ਮਾਸ਼ਾਅੱਲਾ ਜੀ ਮਾਸ਼ਾਅੱਲਾ ਗੋਲ ਦੇਖੋ ਮਰਲੇ ਦੀ ਵੇਥਵੇ ਤੇ ਥਾਣ ਲੱਗਾ ਲੈੜ ਨੂੰ ਠੀਕ ਹੈ ਤੇ ਮੁੱਠ ਭਰ ਥਾਂ ਦੇ ਕੋਈ ਚਿਚੜੀਆਂ ਕੇ ਥਾਂ ਨੇ ਮੁੱਠ ਭਰ ਥਾਂ ਤੇ ਇੱਕੋ ਜਿਹੇ ਚਵੇ ਥਾਂ ਮਾਸ਼ਾਅੱਲਾ ਜੀ ਕੋ ਵੱਡੇ ਛੋਟੇ ਨਹੀਂ ਬਿਲਕੁਲ ਬਰਾਬਰ ਚਵੇ ਥਾਂ ਬਾਈ ਲਵਾ ਮਾਸ਼ਾਅੱਲਾ ਗੋਲ ਲੱਗਾ ਲੈੜ ਨੂੰ 10 ਕਿਲੋ ਦੁੱਧ ਦੀ ਗਰੰਟੀ ਹੋਈ ਤੇ ਚਵਾਈ ਕਿਸ ਤਰ੍ਹਾਂ ਕਰਦੇ ਬਾਈ ਤੇ ਸਾਹਿਬ ਭਾਏ ਕੋਈ ਪਹਾੜਾ ਛੜਾ ਕੋਨੇ ਕੋਈ ਵਾਂਗਾ ਕੋਨੇ ਜਿੱਥੇ ਦਿਲ ਕਰੇ ਵਿਆਹ ਕੇ ਚੋਲ ਇਹਨੂੰ ਉੱਥੇ ਨਸਲ ਹੀ ਬੜੀ ਹੈ ਮਾਸ਼ਾਅੱਲਾ ਜੀ ਕੋਈ ਵਾਂਗਾ ਨਹੀਂ ਕੋਈ ਪਹਾੜਾ ਨਹੀਂ ਜਿਹੜੀ ਮਾਸ਼ਾਅੱਲਾ ਨਸਲ ਹੈ ਤੇ ਨਸਲਾਂ ਜਿੱਥੇ ਦਿਲ ਕਰੇ ਖਲਾਕ ਪਾ ਦਿਹਾੜੀ 10 ਰੀ ਚੋਲ ਇਹਨਾਂ ਨੂੰ ਆ ਬਿਲਕੁਲ ਜੀ ਮਾਸ਼ਾਅੱਲਾ ਨਸਲ ਐਂਡ ਖੂਬਸੂਰਤ ਜਾਨਵਰ ਥਾਣ ਦੋਸਤਾਂ ਨੇ ਸਾਈਡ ਤੋਂ ਫੇਰ ਇੱਕ ਦਫਾ ਵੇਖ ਲੈਣੇ ਨੇ ਲਿਬਾਸ ਵੀ ਚੰਗਾ ਕੀਤਾ ਤੇ ਲਿਬਾਸ ਵੇਖ ਕੇ ਇੰਜ ਹੀ ਲੱਗਦਾ ਜਿਵੇਂ ਕੁਝ 13-14 ਕਿਲੋ ਦੁੱਧ ਹੋਏ ਲੇਕਿਨ ਇਨਸ਼ਾਅੱਲਾ ਭਾਈ ਦੇ ਸਾਹ ਜਿਹੜਾ ਦੁੱਧ ਆਇਆ ਉਸ ਨੂੰ ਦੱਸਣਾ ਹੋਈ ਜਿਹੜਾ ਭਰਾ ਨੂੰ ਪੂਰਾ ਕਰਕੇ ਦੇਣਾ ਗੱਲ ਉਹੀ ਹੋਈ ਜੀ ਇਨਸ਼ਾਅੱਲਾ ਜੀ ਹੱਕ ਸੱਚ ਹੋਈ ਜੀ ਹਾਂਜੀ ਭਾਈ ਫਰਾਜ਼ ਆ ਉਹਨਾਂ ਸਾਹਮਣੇ ਤੇ ਕਰੋ ਖਿਲਾਕ ਦਰਾ ਵੈਰ ਤੇ ਭਾਈ ਤੇ ਇਹ ਸਾਹਿਬ ਭਰਾ ਵੇਖਣਗੇ ਨਾ ਅੱਜ ਠੀਕ ਹੈ ਮਾਲ ਵੇਖਣਗੇ ਤੇ ਰੇਟ ਵੇਖਣਗੇ ਤੇ ਕਮੈਂਟ ਵਿੱਚ ਆਖਣਗੇ ਕਿ ਵਾਕਈ ਵੀ ਮਾਸ਼ਾਅੱਲਾ ਰੇਟ ਵੈਰ ਤੁਹਾਡੀ ਸੋਹਣੀ ਹੈ ਨਸਲੀ ਹੈ ਤੇ ਰੇਟ ਜਿਹੜਾ ਮੈਨੂੰ ਦੱਸਿਆ ਜੀ ਵੀਡੀਓ ਤੋਂ ਪਹਿਲੇ ਕੋਸ਼ਿਸ਼ ਕਰਨੀ ਹੈ ਫੁੱਲੀ ਮੁਨਾਸਬ ਰੇਟ ਲਾਣਾ ਦਾ ਭਾਈ ਤੇ ਇਹ ਸਾਹਿਬ ਬਹਿਸ ਨਹੀਂ ਹੋਣੀ ਕੋਈ ਵੀ ਠੀਕ ਹੈ ਪੱਕਾ ਰੇਟ ਪੱਕਾ ਪੀਟਾ ਰੇਟ ਹੋਣਾ 2,70,000 ਦੀ ਵੈੜੀ ਦੇ ਰਿਹਾ ਜ਼ਿੰਦਾਬਾਦ ਚੀਜ਼ ਤੋਂ ਉਥਾਂ ਵੇਖ ਲੈਣੀ ਹੈ ਮਾਸ਼ਾਅੱਲਾ ਜੀ ਇੱਕ ਹੀ ਵੈਰ ਹੈ ਇਹ ਵੈਰ ਵੀ ਨਸਲੀ ਹੈ ਨਸਲੇ ਢੱਗੀ ਲੈ ਜਾਣਾ 2.5 ਲੱਖ ਦੀ ਸੁਆ ਚੁੰਗਲੀ ਮਗਰ 80,000 ਰੁਪਏ ਦੀ ਬਚਦੀ ਹੈ ਠੀਕ ਹੈ ਇਹਦੇ ਸੇ ਦੁੱਧ ਦੇਣਾ ਤੂੰ ਜੂਨ ਦਾ ਸੁਆ ਖਤਮ ਹੋਣਾ ਨਾ ਤਿਆਰ ਹੋਣੀ ਹੈ 6,00,000 ਰੁਪਏ ਦੀ ਗਾਂ ਬਣਨੀ ਹੈ ਅਲਾ ਵੇਖ ਕੇ ਇੰਜ ਲਾ ਦੋ ਜਿਵੇਂ ਤਾਜ਼ੀ ਸੂਈ ਹੈ ਮਾਸ਼ਾਅੱਲਾ ਜੀ ਲਿਬਾਸ ਵੀ ਚੰਗਾ ਕੀਤਾ ਪ੍ਰਿੰਟ ਦੀ ਸ਼ਾਈਨਿੰਗ ਬੜੀ ਹੈ ਸਿਹਤ ਚੰਗੀ ਹੈ ਮਾਸ਼ਾਅੱਲਾ ਜੀ ਕੀਮਤ ਦੀ ਫਾਈਨਲ ਹੋ ਗਈ 2,00,000 ਤੇ 70,000 ਹਾਂਜੀ ਠੀਕ ਹੈ ਜੀ ਇਹ ਸਾਹਿਬ ਜਿੰਨਾ ਖੂਨ ਜਾਣ ਨਾ ਇਸ ਟਾਈਮ 3,00,000 ਰੁਪਏ ਦੇ ਕੋਸੀ ਦੇ ਉੱਤੇ ਵੇ ਜਿੰਨਾ ਕੱਦ ਉਹ ਤੇ ਜਿੰਨਾ ਖੂਨ ਜਾਣ ਰੈਡ ਦੇ ਉੱਤੇ ਬਿਲਕੁਲ ਮਾਸ਼ਾਅੱਲਾ ਲਿਬਾਸ ਵੀ ਇੰਜ ਕੀਤਾ ਜਿਵੇਂ ਤਾਜ਼ੇ ਜਾਨਵਰ ਕਰਦੇ ਨੇ ਠੀਕ ਹੈ ਜੀ ਮਾਸ਼ਾਅੱਲਾ ਸੋਹਣੀ ਆ ਜਿਉਂ ਕਿ ਤਿਆਰ ਹੋ ਗਈ ਨਾ 6,00,000 ਦੀ ਵੈੜ ਕਿਸੇ ਨੇ ਦੇਣੀ ਹੈ ਕੋਈ ਮਾਸ਼ਾਅੱਲਾ ਜੀ ਅੱਗੇ ਆ ਗਈ ਜੀ ਝੋਟੀ ਨੰਬਰ 1 4 ਝੋਟੀਆਂ ਨੂੰ ਚਾਵਾਂ ਝੋਟੀਆਂ ਸ਼ੋਅ ਕਰਵਾਣੇ ਇਹ ਖਾਂਗੇ ਨੇ ਹਾਂਜੀ ਲੋ ਜੀ ਦੋਸਤੋ ਝੋਟੀ ਵੀ ਖਾਂਗੇ ਆ ਗਈ ਮਾਸ਼ਾਅੱਲਾ ਜੀ ਨੰਬਰ 1 ਤੇ ਆ ਗਈ ਭਾਈ ਜੀ ਛਾਵੇਂ ਛਾਵੇਂ ਚੱਕਰ ਲਵਾਓ ਜੀ ਭਾਈ ਫਰਾਜ਼ ਕਿਨ
दूसरा सुबह सुई है माशाल्लाह जी जाशा ध्यान पिछे भाई हाथी खिलाड़ नहीं है बिलकुल कोई छटा फुहार को थन वध घट होए ठीक है पोली करके फरो ते चेहरा मेरे आलू कर चेहरे की खूबसूरी दोस्तों वेख लैनी काली अखां ने दो अखां दी रंगा सेम सिंगे दोस्तों वेख लैनी माशाल्लाह जी सेहत भी वेख लैनी लवाओ भाई चक्कर लवाओ एक टाइम टीका एक टाइम भारा सत्त किलो दुद्ध की गरंटी हो जी सुबह दूजा सूई जी भाई फराज झोटी नंबर एक का रेट लाओ जी जिंदाबाद दूसरा सुबह सूई नंबर एक चेक करो सत्त किलो चुआ के देंगे दो मिनट सत्त किलो दुद्ध की गरंटी हो जी जेरा बिच मामूली जहा माशाल्लाह सुबह सुई है दिन किन्ने को हो गए पंद्रह तो सोलह दिन हो गए पहला सुबह सुई है आटा साफ कर हो गई आटा साफ हां जी आटा छोड़ के साफ हो गई जा की है मगर जाए मगर कटी जी भाई हाथी खिलाड़नी है पहला सुबह सुई है माशाल्लाह जी हां जी अबूते ना कर जोड़ी दी एक मिनट कोली दोस्तों वेख लेनी है धुन्नी भी वेखनी है माशाल्लाह जी थन वेख लेने हाइट तरवेल जन्म ने माशाल्लाह जी दुध कि साहब दुध तकरीबन 11 तो 12 किलो 10 किलो चुआ के देंगे 11 तो 12 किलो की गरंटी जी हो 10 किलो की 10 किलो चुआ के देंगे भाई जा ले चलो जा की मगर जाए मगर कटी जे भाई तैयार साहब जोड़ा थोड़ा जहां झोटी फाल्ट दस दी ठीक ठीक है जी झोटी ना बच्चा भुली है ठीक है बच्चा चोक है जा बाद छा मगर कटी जे पहले झोटियां अक्सर रोल कर जाए पिछे कटी है कटी दोस्तों वेख लेनी सेहतमंद है माशाल्लाह जी चवाई भाई जी पहले करने दे जानू बाद छड़ दे जान बाद छड़ी दा जी ठीक है एनजी पसर पैंदी है हां जी हां जी ठीक है जी जी भाई फराज नवी जगह ते आई है थोड़ी करदी है कड़ा टीका लेंदी है एकदम भारा पहाड़े दे पसर पैंदी है इंशाल्लाह दो तरह दे नंगा के ते पहाड़े लग जाएगी इंशाल्लाह अता दी झोटी इंशाल्लाह लग जेदी छेती हां जी की कीमत है जेदी भाई तैयार साहब झोटी दी बच्चा ना भुली हुंदी ठीक है झोटी ही 4 लाख रुपए दी ठीक है जी ते पुछल दी भरीकी दोस्तों वेख लिया माशाल्लाह जी बच्चा झोटी भुली चक्कर बार जी भाई फराज किनवा सुबह सुई है किदां दी सुई है दूसरा सुबह सुई है ठीक है दूसरा सुबह सुई है दिन किन्ने को हो गए इन्हें तकरीबन ना एक महीना तो कुछ उते 5-6 दिन हो गए सुई ने एक महीना ते 5-6 दिन हो गए दूजा सुबह सुई है दूध किन्ना दोवा टाइम दा दूध दोवा टाइम दा ना कोई 11-11.5 ठीक है 11-11.5 10 किलो चुआ के देंगे 10 किलो दूध दी गारंटी होए दी दूजा सुबह सुई है रवेल दे हाइट दो समय नहीं है काली अखां ने भाई हाथी खिलाड़ नहीं जरा
लो जी दोस्तों थानवे इतने माशाला जी सोनिया वंडा लगे ने थानवे चंगे दोहरे पावरफुल लगे ने धुनी तो कोल भी दोस्तों वेख लैनी है जी झोटी खूबसूरत है दूजा सुबह सुई है जी भाई फराद लाओ जी कीमत भाई तो साहब दुध 10 किलो दुध की गारंटी है कि 10 किलो तो चुवा के देंगे झूठे ठीक है जी ते 3 लाख 20,000 की झूठी दे देना 3,20,000 माशाल्लाह चीज दोस्तों देख लेनी है इंशाल्लाह खांगड़ा दे सेहतमंद झूठी है दूजा सुबह सुई है कीमत 3,20,000 ਅਗੇ ਆ ਗਈ ਝੋਟੀ ਨੰਬਰ 4 ਆ ਪਹਿਲਾਂ ਨੇ ਹਾਂਜੀ ਪਹਿਲਾਂ ਨੇ ਪਹਿਲਾਂ ਕੱਟੀ ਹੈ ਮਾਸ਼ਾਅੱਲਾ ਜੀ ਪੂਰੀ ਪਹਿਲਵਾਨ ਝੋਟੀ ਹੈ ਭਾਈ ਚੱਕਰ ਲਵਾਣਾ ਜ਼ਰਾ ਲੰਮਾ ਥਾਣੇ ਦੋਸਤਾਂ ਨੇ ਇਹਦੇ ਵੇਖ ਲੈਣੇ ਨੇ ਭਾਈ ਲਵਾ ਪੋਲੀ ਪੋਲੀ ਟੋਰ ਟੋਰ ਵੇਖਣੀ ਮਾਸ਼ਾਅੱਲਾ ਜੀ ਜਿਵੇਂ ਪਹਿਲਵਾਨਾਂ ਦੀ ਟੋਰ ਲਵਾ ਚੱਕਰ ਭਾਈ ਉੱਠਾ ਦੋਸਤਾਂ ਵੇਖ ਲੈਣੇ ਜੀ ਭਾਈ ਫਰਾਜ਼ ਭਾਈ ਤੇ ਜਸਾ ਝੋਟੀ ਪਹਿਲਾਂ ਸਵੇਰ ਸੂਈ ਦੇ ਦਿਨ ਕਿੰਨੇ ਕੋ ਸੂਈ ਹੈ ਤਕਰੀਬਨ 12 ਤੋਂ 13 ਦਿਨ ਹੋ ਗਏ ਨੇ ਸੂਈ ਨੇ ਠੀਕ ਹੈ ਟਣ ਲੱਗੀ ਝੋਟੀ ਕੱਟੀ ਹੈ ਮਾਸ਼ਾਅੱਲਾ ਜੀ ਇੱਥੇ ਭਾਈ ਇੱਥੇ ਖਿਲਾਰ ਦੀ ਜਰਾ ਵੇਖੋ ਮਾਸ਼ਾ ਝੋਟੀ ਦੇ ਪਸ਼ਮ ਵੇਖੋ ਤੇ ਧੁਨੀ ਗੋਲੀ ਦਾ ਬਿਲਕੁਲ ਨਿਸ਼ਾਨ ਹੈ ਥਣ ਦੋਸਤਾਂ ਵੇਖਦੇ ਨੇ ਸੋਹਣੇ ਥਣ ਲੱਗੇ ਨੇ ਪਹਿਲੇ ਨੂੰ ਹੋ ਕੇ ਮਾਸ਼ਾਅੱਲਾ ਜੀ ਧੁਨੀ ਤੇ ਕੋਲੀ ਵੀ ਵੇਖ ਲੈਣੀ ਹੈ ਜੀ ਸ਼ੇਰੇ ਦੀ ਖੂਬਸੂਰਤੀ ਵੇਖਣੀ ਹੈ ਕਾਲੀਆਂ ਅੱਖਾਂ ਦੇ ਦੋਵਾਂ ਅੱਖਾਂ ਦੇ ਰੰਗ ਸੇਮ ਹੈ ਛੋਟਾ ਜਿਹਾ ਚਿਹਰਾ ਦੋ ਉਂਗਲਾਂ ਦੇ ਕੋਲ ਜਿਹੜੀ ਹੈ ਨਾ ਦੋ ਉਂਗਲਾਂ ਰੱਖੇ ਵੇਖੋ ਛੇ ਸਿੰਗੀ ਜਿਹੜੀ ਰੁਕ ਜਾਂਦੀ ਬਿਲਕੁਲ ਹੁਣ ਦੁੱਧ ਕਿੰਨਾ ਜੀ ਦੁੱਧ ਭਾਈ ਤੇ ਜੀ ਸਾਹਿਬ ਝੋਟੀ ਦੇ ਮਗਰ ਕੱਟੀ ਸੀ ਕੱਟੀ ਮਰ ਗਈ ਇਹਦੀ ਠੀਕ ਹੈ ਦੋਂਡਾ ਪਹਾੜੇ ਤੇ ਮਿਲਦੀ ਹੈ ਭਾਵੇਂ ਵੰਗਾ ਲਾਓ ਨਾਲ ਤੇ ਚੁੱਖ ਦੀ ਮੋਟਰ ਸਾਈਕਲ ਥਣ ਧੋਣੇ ਨਾਲ ਹੀ ਨੇ ਪਸਮ ਜਾਣਾ ਇਹਨੇ ਚਵਾਈ ਤੁਸੀਂ ਭਾਰੇ ਦੇ ਕਰਦੇ ਦੋਵੇਂ ਟਾਈਮ ਪਹਾੜੇ ਤੇ ਭਾਈ ਇੱਥੇ ਖਿਲਾਰ ਨਹੀਂ ਜੀ ਜ਼ਰਾ ਅਲਵਾਸ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਪਹਿਲਾ ਸੂਆ ਸੂਈ ਹੈ ਪੋਲੀ ਧਾਰ ਹੈ ਠੀਕ ਹੈ ਤੇ ਮਾਸ਼ਾਅੱਲਾ ਮੋਟੀ ਮੋਟੀ ਚੋਣ ਹੋਏਗੀ ਝੋਟੀ ਦੀ ਹੁਣ ਬਾਈ ਫਰਾਦ ਦੁੱਧ ਕਿੰਨਾ ਦੱਸਿਆ ਜੇ ਚਵਾਈ ਚਵਾਈ ਹੁਣ ਹੁੰਦੀ ਆ ਜੀ ਬਾਈ ਤੇਜ ਸਾਹਿਬ ਦੁੱਧ ਤੇ ਤਕਰੀਬਨ ਇਹਦੇ ਕੋਲ ਨਾ 11 ਤੋਂ 12 ਕਿਲੋ ਹੈ ਬਾਕੀ 10 ਕਿਲੋ ਚਵਾ ਕੇ ਦੇਾਂਗੇ ਝੋਟੀ 10 ਕਿਲੋ ਗਾਰੰਟੀ ਦੀ ਹੋਈ ਜੀ ਮਾਸ਼ਾਅੱਲਾ ਜੀ ਪਹਿਲਾ ਹੀ ਸੂਆ ਸੂਈ ਹੈ ਦਿਨ ਕਿੰਨੇ ਦੱਸੇ ਜੇ ਦਿਨ ਤਕਰੀਬਨ 12 ਤੋਂ 13 ਦਿਨ ਹੋ ਗਏ ਝੋਟੀ 12 ਤੋਂ 13 ਦਿਨ ਹੋ ਗਏ ਨੇ ਠੀਕ ਹੈ ਜੀ ਅਲਵਾਸ ਦੋਸਤਾਂ ਪਿਛਲੀ ਸਾਈਡ ਤੋਂ ਫਿਰ ਇੱਕ ਦਫਾ ਵੇਖ ਲੈਣਾ ਜੀ ਬਾਈ ਫਰਾਜ਼ ਝੋਟੀ ਨੰਬਰ 4 ਦਾ ਲਾਓ ਜੀ ਰੇਟ ਭਾਈ ਤੇਜ ਸਾਹਿਬ ਰੇਟ ਤਕਰੀਬਨ ਫੈਨਾ ਫੈਨਾ ਲਈ ਹੋਣੇ ਠੀਕ ਹੈ 3,60,000 ਦੀ ਝੋਟੀ ਦੇਖ ਲਾਂਗੇ ਜਿਹੜੀ 3,60,000 ਨੰਬਰ 4 ਤੇ ਚੈੱਕ ਕਰਵਾਈਏ ਮਾਸ਼ਾਅੱਲਾ ਚਾਰ ਹੀ ਝੋਟੀਆਂ ਨੇ ਲਬਾਸ ਦੋਸਤਾਂ ਇੱਕ ਦਫਾ ਫਿਰ ਵੇਖ ਲੈਣਾ ਪੁੱਠਾ ਵੀ ਵੇਖਣਾ ਮਾਸ਼ਾਅੱਲਾ ਜੀ ਭਾਈ ਫਰਾਜ਼ ਮਜ਼ੀਦ ਕੋ ਦੋਸਤਾਂ ਵਾਸਤੇ ਪੈਗਾਮ ਕੋ ਮੈਸੇਜ ਦੋਸਤਾਂ ਵਾਸਤੇ ਪੈਗਾਮ ਹੈ ਕਿ ਇਨਸ਼ਾਅੱਲਾ ਦੋ ਟਾਈਮ ਆ ਕੇ ਭਰਾ ਜਿਹੜਾ ਡੰਗਾ ਪੱਕੇ ਨੂੰ ਪਸੰਦ ਆਵੇ ਦੋ ਟਾਈਮ ਆ ਕੇ ਚੋਗ ਤਸੱਲੀ ਕਰਕੇ ਡੰਗਰ ਆਪਣਾ ਖੜੇ ਠੀਕ ਹੈ ਠੀਕ ਹੈ ਜੀ ਦੋ ਟਾਈਮ ਡੰਗਾ ਚੋਲ ਹੀ ਜਾਣਾ ਵੇ ਜੋ ਵੀ ਮਿੱਟੀ ਘਟਾ ਹੋਵੇ ਬੰਨੇ ਸਾਹਮਣੇ ਆ ਜਾਂਦਾ ਵੇ ਠੀਕ ਹੈ ਆ ਬਿਲਕੁਲ ਜੀ ਡਾਕਾ ਤੇ ਹੁੰਦਾ ਜੇ ਕਿਸੇ ਡਾਕਾ ਲਾਣਾ ਤੇ ਇੱਕ ਟਾਈਮ ਡਾਕਾ ਲੱਗਣਾ ਵੇ ਠੀਕ ਹੈ ਟਾਈਮ ਨੂੰ ਟਾਈਮ ਨੂੰ ਚੁਵਾਈ ਹੋ ਜਾਣੀ ਦੋ ਟਾਈਮ ਫਿਰ ਤੇ ਮਗਰ ਉੱਲਾ ਬਲੇ ਖੜਾ ਹੀ ਬੋਲੇ ਜਾਂਦਾ ਕੋਈ ਜੀ ਬਾਈ ਫਰਾਜ਼ ਉਮੀਦ ਕਰਾਂਗੇ ਦੋਸਤਾਂ ਨੂੰ ਵੀਡੀਓ ਪਸੰਦ ਆਏਗੀ ਜੀ ਬਾਈ ਫਰਾਜ਼ ਬਹੁਤ ਸ਼ੁਕਰੀਆ ਸ਼ੋਕ ਅੱਛਾ ਕਰਵਾਇਆ ਉਮੀਦ ਕਰਨਾ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਵੇ ਜੀ ਵੀਡੀਓ ਪਸੰਦ ਆਏ ਲਾਈਕ ਤੇ ਸ਼ੇਅਰ ਲਾਜ਼ਮੀ ਕਰਨਾ ਇਜਾਜ਼ਤ ਚਾਹੁੰਦੇ ਆ ਅੱਲਾਹ ਹਾਫਿਜ਼